ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਪ੍ਰੋਗਰਾਮ ਖਬਰ ਅਤੇ ਨਜ਼ਰ, ਖਬਰ ਅਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਮੈਟੂ ਗੋਸਰੀਆ ਜੀ। ਕੁਛ ਖਬਰਾਂ 'ਤੇ ਝਾਤ ਮਾਰਾਂਗੇ ਕਿ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਕਿਸ ਤਰ੍ਹਾਂ ਦੇ ਉੱਥੇ ਹਾਲਾਤ ਬਣੇ ਹੋਏ ਨੇ ਜੀ। ਅਤੇ ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਅਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਕਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਅਤੇ ਪਰਿਵਾਰ ਜੁਬਾ ਸਿਟੀ, ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰਸ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਅਰੀਨਾ ਤੋਂ, ਦਲਵੀਰ ਸਿੰਘ ਗਿਓ ਲਾਈਵ ਵਰਕ ਤੋਂ, ਬਿਲਾ ਸੰਖੇੜਾ ਜੀ ਸੈਨੋਜੇ ਤੋਂ, ਬਹੁਤ ਬਹੁਤ ਇਹਨਾਂ ਦੇ ਧੰਨਵਾਦ ਜੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮੈਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਦਾ। ਤੇ ਮਿੰਟੂ ਜੀ, ਪਹਿਲਾਂ ਗੱਲ ਕਰਦੇ ਆ ਪੰਜਾਬ ਦੀ, ਕਿ ਪੰਜਾਬ ਦੀ ਸਰਕਾਰ ਆ ਤੇ ਇਹ ਕਾਲਜਾਂ ਦੇ ਵਿੱਚ ਵੀ ਕਹਿੰਦੇ ਕਿ ਡੋਪ ਟੈਸਟ ਸ਼ੁਰੂ ਕਰੂਗੀ। ਇਹਨਾਂ ਨੇ ਹੁਣ ਡੋਪ ਟੈਸਟ ਵਾਲਾ ਜਿਹੜਾ ਇੱਕ ਨਵਾਂ ਫਾਰਮੂਲਾ ਕੱਢਿਆ, ਭਰਤੀਆਂ ਜਿਹੜੀਆਂ ਹੋਣੀਆਂ, ਵੈਸੇ ਸਾਡੇ ਪੰਜਾਬ ਪੁਲਿਸ ਲਈ ਤੇ ਹੁਣ ਹੀ ਲਾਗੂ ਹੋਇਆ। ਆਰਮੀ ਵਾਲਿਆਂ ਨੇ ਪਹਿਲਾਂ ਹੀ ਕਹਿਤਾ ਸੀਗਾ ਬੀ ਐਸ ਐਫ ਦੀ ਭਰਤੀ ਔਰ ਜਿਹੜੀ ਦੂਸਰੀ ਆਮ ਆਰਮੀ ਦੀ ਜਿਹੜੀ ਭਰਤੀ ਸੀ ਉਹਦੇ ਵਿੱਚ ਪੰਜਾਬੀਆਂ ਲਈ ਬਕਾਇਦਾ ਰੱਖਿਆ ਗਿਆ ਸੀ ਡੋਪ ਟੈਸਟ 2014-15 ਦੇ ਵਿੱਚ। ਹੁਣ ਉਸ ਤੱਕ ਆ ਗਿਆ ਡੋਪ ਟੈਸਟ, ਐਤਕੀ ਜਿਹੜੀ ਭਰਤੀ ਹੋਣੀ ਆ ਉਹਦੇ 'ਚ ਇਹਨਾਂ ਨੇ ਡੋਪ ਟੈਸਟ ਰੱਖ ਦਿੱਤਾ। ਪਰ ਹੁਣ ਸਰਕਾਰ ਦੀ ਕੋਸ਼ਿਸ਼ ਇਹ ਹੈ ਕਿ ਸਰਕਾਰੀ ਕਾਲਜਾਂ ਤੇ ਜਿਹੜੀਆਂ ਹੋਰ ਵਿਦਿਅਕ ਸੰਸਥਾਵਾਂ ਨੇ ਜਿਹੜੀਆਂ ਸਰਕਾਰੀ ਇਮਦਾਦ ਦੇ ਨਾਲ ਚੱਲਦੀਆਂ, ਉਹਨਾਂ ਦੇ ਵਿੱਚ ਵੀ ਇਹ ਡੋਪ ਟੈਸਟ ਵਾਲੀ ਪ੍ਰਣਾਲੀ ਹੈ ਜਿਹੜੀ ਲਾਗੂ ਕਰ ਦਿੱਤੀ ਜਾਵੇ, ਔਰ ਖਾਸ ਤੌਰ ਤੇ ਜਿਹੜੇ ਨਵੇਂ ਦਾਖਲੇ ਹੋਣੇ ਆ ਉਹਨਾਂ ਦੇ ਵਿੱਚ। ਔਰ ਸਰਕਾਰ ਦੀ ਮੰਸ਼ਾ, ਸਰਕਾਰ ਦੀ ਭਾਵਨਾ ਇਹ ਆ ਕਿ ਇੱਕ ਮੈਸੇਜ ਦਿੱਤਾ ਜਾਵੇ ਕਿ ਜੋ ਵਿਰੋਧੀ ਧਿਰਾਂ ਜਾਂ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹ ਜਿਹੜੇ ਅੰਕੜੇ ਪੇਸ਼ ਕਰਦੇ ਆ, ਖਾਸ ਤੌਰ ਤੇ ਨੌਜਵਾਨੀ ਨੂੰ ਲੈ ਕੇ, ਉਹ ਗਲਤ ਹੈ। ਸੋ ਇਸ ਭਾਵਨਾ ਦੇ ਨਾਲ ਇਹ ਰੱਖਿਆ ਜਾ ਰਿਹਾ। ਜੇ ਗੱਲ ਕਰੀਏ, ਇਸ ਸਮੇਂ ਪੰਜਾਬ ਦੇ ਵਿੱਚ 48 ਕੁ ਸਰਕਾਰੀ ਕਾਲਜ ਹੈ ਜਿਹਨਾਂ ਦੇ ਵਿੱਚ 40,000 ਦੇ ਕਰੀਬ ਜਿਹੜੇ ਮੁੰਡੇ ਪੜ੍ਹਦੇ ਆ, 40,000 ਦੇ ਕਰੀਬ ਕੁੜੀਆਂ ਜਿਹੜੀਆਂ, 136 ਇਹੋ ਜਿਹੇ ਕਾਲਜ ਆ ਜਿਹੜੇ ਸਰਕਾਰ ਤੋਂ ਸਹਾਇਤਾ ਪ੍ਰਾਪਤ ਹੈ, ਜਿਹਨਾਂ ਦੇ ਵਿੱਚ ਲਗਭਗ 80,000 ਦੇ ਕਰੀਬ ਜਿਹੜੇ ਵਿਦਿਆਰਥੀ ਪੜ੍ਹਦੇ ਆ। ਸੋ ਇਹ ਇੱਕ ਕਾਫੀ ਵੱਡੀ ਤਾਦਾਦ ਹੈ ਵਿਦਿਆਰਥੀਆਂ ਦੀ। ਜਦੋਂ ਇਹ ਗਰੁੱਪ ਟੈਸਟ ਚੋਂ ਗੁਜ਼ਰਨਗੇ ਤਾਂ ਚੀਜ਼ਾਂ ਜਿਹੜੀਆਂ ਉਹ ਥੋੜੀਆਂ ਬਹੁਤ ਹੀ ਸਾਫ਼ ਹੋਣ ਦੀ ਸੰਭਾਵਨਾ ਕੋਈ ਬਹੁਤ ਹੀ ਨਹੀਂ, ਕਿਉਂਕਿ ਜਿਹੜੇ ਕਾਲਜ ਦੇ ਵਿੱਚ ਆਉਂਦੇ ਆ ਤੁਹਾਨੂੰ ਪਤਾ ਪਲੱਸ ਵਨ ਦੇ ਜਾਂ ਜਿਹੜੇ ਬੀ ਏ ਫਸਟ ਈਅਰ ਵਾਲੇ ਇਹ ਹੁੰਦੇ ਆ, ਔਰ ਇੱਥੋਂ ਆਉਂਦਿਆਂ ਤੱਕ ਸਭ ਕੁਛ ਖੈਰ ਸੱਲਾ ਹੁੰਦਾ। ਰੌਲਾ ਤੇ ਬਾਅਦ ਦੇ ਵਿੱਚ ਪੈਂਦਾ ਹੈ ਨਾ, ਜਦੋਂ ਉਹ ਇਸ ਸੋਸਾਇਟੀ ਦੇ ਵਿੱਚ, ਇਸ ਸੱਭਿਆਚਾਰ ਦੇ ਵਿੱਚ ਆਉਂਦੇ ਆ। ਸਕੂਲ ਤੱਕ ਤੇ ਸਭ ਕੁਛ ਠੀਕ ਰਹਿੰਦਾ, ਤਕਰੀਬਨ ਠੀਕ ਰਹਿੰਦਾ, ਕੋਈ ਇੱਕ ਅੱਧ ਮਾਮਲਾ ਹੈ ਜਿਹੜਾ ਸਕੂਲ ਦੇ ਵਿੱਚ ਵਿਗੜਿਆ ਹੁੰਦਾ, ਅਸਲੀ ਖੇਡ ਤੇ ਇੱਥੇ ਸ਼ੁਰੂ ਹੁੰਦੀ ਹੈ। ਸੋ ਇਹ ਹੁਣ ਦੇਖਣਾ ਹੋਏਗਾ ਕਿ ਇਕੱਲੇ ਨਵੇਂ ਵਿਦਿਆਰਥੀ ਜਿਹੜੇ ਨਵੇਂ ਸੈਸ਼ਨ ਦੇ ਵਿੱਚ ਆਉਂਦੇ ਉਹਨਾਂ ਤੇ ਰੱਖਦੇ ਆ, ਜਾਂ ਜਿਹੜੇ ਪੁਰਾਣੇ ਪਹਿਲਾਂ ਵੀ ਆ ਜਿਹੜੇ ਉੱਥੇ ਪੜ੍ਹੇ ਵੀ ਆ ਤੇ ਕੜੇ ਵੀ ਆ, ਕਿ ਉਹਨਾਂ ਤੇ ਵੀ ਇਹ ਫਾਰਮੂਲਾ ਲਾਗੂ ਹੁੰਦਾ। ਜਿਵੇਂ ਪੁਲਿਸ ਵਾਲਿਆਂ ਤੇ ਹੁਣ ਸਵਾਲ ਉੱਠਦਾ ਕਿ ਨਵਿਆਂ ਲਈ ਤੇ ਤੁਸੀਂ ਡੋਪ ਟੈਸਟ ਰੱਖ ਦਿੱਤਾ, ਜਿਹੜੇ ਪੁਰਾਣੇ ਤੁਹਾਡੇ ਡਿੱਗਦੇ ਫਿਰਦੇ ਆ, ਗਰਕਦੇ ਫਿਰਦੇ ਆ, ਉਹਨਾਂ ਲਈ ਕੀ ਫਾਰਮੂਲਾ ਹੋਏਗਾ। ਹਾਲਾਂਕਿ ਸੁਰਜੀਤ ਸਿੰਘ ਰੱਖੜਾ ਜਿਹੜੇ ਉਚੇਰੀ ਸਿੱਖਿਆ ਬਾਰੇ ਮੰਤਰੀ ਆ, ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸਾਡੇ ਨਜ਼ਰ ਦੇ ਵਿੱਚ, ਸਾਡੇ ਦ੍ਰਿਸ਼ਟੀਕੋਣ ਦੇ ਵਿੱਚ ਇਹ ਚੀਜ਼ ਹੈ, ਔਰ ਅਸੀਂ ਨਵੇਂ ਵਿਦਿਅਕ ਸੈਸ਼ਨ ਤੋਂ ਇਸ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਔਰ ਉਹ ਕਹਿੰਦੇ ਕਿ ਕੋਸ਼ਿਸ਼ ਹੋਏਗੀ ਸਾਡੀ ਕਿ ਅਸੀਂ ਇਹਦੇ ਨਾਲ ਇੱਕ ਚੰਗਾ ਪੈਗਾਮ ਹੈ ਜਿਹੜਾ ਪੰਜਾਬੀ ਦੀ ਨੌਜਵਾਨੀ ਲੈ ਕੇ ਦੇ ਸਕੀਏ। ਸੋ ਇਹ ਹੁਣ ਪਤਾ ਲੱਗੇਗਾ ਜਦੋਂ ਡੋਪ ਟੈਸਟ ਕਰਨਗੇ। ਪਰ ਜੇ ਕਾਲਜਾਂ ਦੇ ਵਿੱਚ ਵੀ ਡੋਪ ਟੈਸਟ ਆ ਗਿਆ, ਆਰਮੀ ਦੇ ਵਿੱਚ ਵੀ ਡੋਪ ਟੈਸਟ ਆ ਗਿਆ,
ਜੇ ਪੁਲਿਸ ਦੇ ਵਿੱਚ ਵੀ ਡੋਪ ਟੈਸਟ ਆ ਗਿਆ ਤੇ ਫਿਰ ਮੇਰੇ ਖਿਆਲ ਨਾਲ ਜਿਹੜੀਆਂ ਸਾਰੀਆਂ ਇਹਨਾਂ ਫੋਰਸਿਸ ਨੂੰ ਜਾਂ ਇਹਨਾਂ ਸਾਰੀ ਅਫਸਰਸ਼ਾਹੀ ਨੂੰ ਬਿਊਰੋਕਰੇਸੀ ਨੂੰ ਅਗਵਾਈ ਦਿੰਦੀ ਹੈ ਸਿਆਸਤ, ਫਿਰ ਉਹ ਇਹਦੇ ਤੋਂ ਛੁੱਟੀ ਕਿਉਂ ਰਹਿ ਲਓ? ਜਿਹੜੇ ਅਗਵਾਈ ਕਰਤਾ ਫਿਰ ਉਹਨਾਂ ਦਾ ਵੀ ਡੋਪ ਟੈਸਟ ਹੋ ਜਾਣਾ ਚਾਹੀਦਾ। ਬਿਲਕੁਲ ਜੀ, ਉੱਥੇ ਹੀ ਤਾਂ ਉਹਨਾਂ ਨੇ ਫਸਣਾ ਆ ਤੇ ਦੇਖਦੇ ਜੀ ਇਸ ਦੇ ਵਿੱਚੋਂ ਕੀ ਨਿਕਲਦਾ। ਵੈਸੇ ਕਹਿੰਦੇ ਕਿ ਇੱਥੇ ਨਸ਼ਾ ਨਹੀਂ ਹੈਗਾ। ਤੇ ਅੱਗੇ ਆਪਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਗੱਲ ਕਰੀਏ ਕਿ ਉਹਨਾਂ ਦੇ ਵਿੱਚ ਜਿਹੜੇ ਟੀਚਰ ਆ ਉਹਨਾਂ ਦੀਆਂ ਪੋਸਟਾਂ ਖਾਲੀ ਆ। ਸਰਕਾਰੀ ਕਾਲਜਾਂ ਦੀ ਆਪਾਂ ਗੱਲ ਕੀਤੀ ਹੈ ਜੀ, ਸਰਕਾਰੀ ਕਾਲਜ ਜਿੰਨੇ ਇਹਨਾਂ ਦੇ ਵਿੱਚ ਲਗਭਗ 1800 ਅਸਾਮੀ ਹੈ ਲੈਕਚਰਾਰਾਂ ਦੀ, ਜਿਹਦੇ ਚੋਂ 1000 ਦੇ ਕਰੀਬ ਅਸਾਮੀ ਖਾਲੀ ਹੈ ਸਰਕਾਰੀ ਕਾਲਜਾਂ। ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿਹਦੇ ਵਿੱਚ ਹਿਸਾਬ ਨਾਲ ਅੱਧਿਓ ਜ਼ਿਆਦਾ ਅਸਾਮੀਆਂ ਖਾਲੀ ਹੈ, ਉਹਨਾਂ ਸਰਕਾਰੀ ਕਾਲਜਾਂ ਦਾ ਪੜ੍ਹਾਈ ਦਾ ਜਿਹੜਾ ਹਸ਼ਰ ਹੋਏਗਾ ਕਿਸ ਤਰ੍ਹਾਂ ਦਾ ਹੋਏਗਾ। ਤੋਂ ਦੂਜੇ ਪਾਸੇ ਜਿਹੜੀ ਗੱਲ ਸਕੂਲਾਂ ਦੀ ਹੈ, ਸਕੂਲਾਂ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਕ ਅੰਕੜਾ ਛਪਿਆ ਸੀਗਾ ਅਖਬਾਰੀ ਅੰਕੜਾ ਕਿ 30,000 ਤੋਂ ਉੱਤੇ ਅਸਾਮੀਆਂ ਜਿਹੜੀਆਂ ਕੁੱਲ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਮਿਡਲ ਸਕੂਲ, ਸਰਕਾਰੀ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਇਹਨਾਂ ਦੇ ਵਿੱਚ ਕੁੱਲ ਮਿਲਾ ਕੇ 30,000 ਤੋਂ ਵੱਧ ਅਸਾਮੀਆਂ ਜਿਹੜੀਆਂ ਖਾਲੀ ਨੇ। ਖਾਲੀ ਇਸ ਕਰਕੇ ਰੱਖੀਆਂ ਜਾ ਰਹੀਆਂ ਨੇ ਕਿਉਂਕਿ ਸਰਕਾਰ ਉਹ ਤਨਖਾਹਾਂ ਜਿਹੜੀ ਹੈ ਉਹ ਦੇਣ ਤੋਂ ਬਚਦੀ ਹੈ, ਟੀਚਰ ਜੇ ਰੱਖੇ ਵੀ ਜਾ ਰਹੇ ਤਾਂ ਕੱਚੇ ਪੱਕੇ ਰੱਖ ਕੇ ਟਾਈਮ ਪਾਸ ਕੀਤਾ ਜਾ ਰਿਹਾ। ਹੁਣ ਇਹ ਚੀਜ਼ਾਂ ਤੇ ਚਲੋ ਠੀਕ ਆ ਕਿ ਡਿੱਗ ਢਹਿ ਕੇ ਟਾਈਮ ਪਾਸ ਹੁੰਦਾ ਪਿਆ, ਪਰ ਸਭ ਤੋਂ ਖਤਰਨਾਕ ਚੀਜ਼ ਇਹ ਹੈ ਕਿ ਹੁਣ ਸੈਕੰਡਰੀ ਸਕੂਲਾਂ ਦੀਆਂ ਜਿਹੜੀਆਂ ਅਸਾਮੀਆਂ ਕੁੱਲ ਮਿਲਾ ਕੇ ਜੇ 27 ਤੇ 28 ਲਾ ਲਈਏ 1588 ਪੋਸਟਾਂ ਨੇ ਪੰਜਾਬੀ ਦੀਆਂ, ਉਹਨਾਂ ਦੇ ਵਿੱਚੋਂ ਹੁਣ ਇਹ ਅੰਕੜਾ ਹੈ ਕਿ 441 ਜਿਹੜੀਆਂ ਖਾਲੀ ਪਈਆਂ, ਯਾਨੀ ਲਾ ਲਓ ਕਿ 1/4 ਹਿੱਸਾ ਜਿਹੜੀਆਂ ਪੋਸਟਾਂ ਖਾਲੀ। ਪੰਜਾਬੀ ਭਾਸ਼ਾ ਦਾ ਜੇ ਇਹ ਹਾਲ ਆ ਤੇ ਦੂਸਰੀਆਂ ਜਿਹੜੀਆਂ ਭਾਸ਼ਾਵਾਂ ਦੇ ਵਿੱਚ ਜਿਹੜੇ ਸਬਜੈਕਟ ਹੈ ਜਿੱਦਾਂ ਸਾਇੰਸ ਹੈ ਜਾਂ ਅੰਗਰੇਜ਼ੀ ਹੈ ਹਿੰਦੀ ਹੈ, ਉਹਨਾਂ ਦਾ ਕੀ ਹਾਲ ਹੈ? ਸੋ ਉਹ ਇਹ ਬੜਾ ਚਿੰਤਾਜਨਕ ਪਹਿਲੂ ਹੈ ਕਿ ਜਿਹੜੀ ਸਰਕਾਰ, ਜਿਹੜੀ ਅਕਾਲੀ ਦਲ ਜਿਨ੍ਹਾਂ ਨੇ ਪੰਜਾਬੀ ਸੂਬੇ ਲਈ ਜਦੋਜਹਿਦ ਕੀਤੀ, ਪੰਜਾਬੀ ਸੂਬੇ ਦਾ ਗਠਨ ਕਰਵਾਇਆ ਸੰਘਰਸ਼ ਕੀਤੇ, ਉਹਨਾਂ ਦੇ ਰਾਜ ਵਿੱਚ ਅੱਜ ਪੰਜਾਬੀ ਸਭ ਤੋਂ ਜ਼ਿਆਦਾ ਤਰਸਯੋਗ ਹਾਲਤ ਵਿੱਚ ਹੈ। ਇਹ ਅਕਾਲੀਆਂ ਨੂੰ ਚਿੰਤਨ ਕਰਨਾ ਚਾਹੀਦਾ, ਅਕਾਲੀਆਂ ਨੂੰ ਮੰਥਨ ਕਰਨਾ ਚਾਹੀਦਾ ਕਿ ਇਹ ਨੌਬਤ ਕਿਉਂ ਆਈ, ਕਿਉਂਕਿ ਇਹਨਾਂ ਨੇ ਭਾਸ਼ਾ ਐਕਟ ਵੀ ਲੈਣ ਦਾ 2008 ਦੇ ਵਿੱਚ, ਪਰ ਹਾਲੇ ਤੱਕ ਇਹਨਾਂ ਦੇ ਅਦਾਰਿਆਂ ਦੇ ਵਿੱਚ, ਇਹਨਾਂ ਦੇ ਬੈਂਕਾਂ ਦੇ ਵਿੱਚ ਪੰਜਾਬੀ ਨੂੰ ਉਹ ਥਾਂ ਹੀ ਨਹੀਂ ਮਿਲੀ। ਇੱਥੋਂ ਤੱਕ ਕਿ ਅਦਾਲਤਾਂ ਦੇ ਵਿੱਚ ਵੀ ਅੱਜ ਤੱਕ ਪੰਜਾਬੀ ਲਾਗੂ ਨਹੀਂ ਹੋ ਸਕੀ, ਉਹਦੇ ਲਈ ਵੀ ਹੁਣ ਪਟੀਸ਼ਨਾਂ ਪਾਈਆਂ ਜਾ ਰਹੀਆਂ। ਸੋ ਅਕਾਲੀਆਂ ਦੇ ਰਾਜ ਦੇ ਵਿੱਚ ਜਿਹਨਾਂ ਅਕਾਲੀਆਂ ਨੇ ਪੰਜਾਬੀ ਸੂਬੇ ਦੇ ਗਠਨ ਲਈ ਬਹੁਤ ਕਰੜੀ ਘਾਲਣਾ ਕਰ ਲਈ, ਉਹਨਾਂ ਦੇ ਰਾਜ ਵਿੱਚ ਪੰਜਾਬੀ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਵਿਤਕਰਾ ਹੋ ਰਿਹਾ ਇਹ ਵਾਜਬ ਨਹੀਂ ਜਾਪਦਾ। ਔਰ ਇਹੀ ਕਾਰਨ ਆ ਕਿ ਹੁਣ ਅੱਗੇ ਕਦੇ ਨਹੀਂ ਸੀ ਸੁਣਿਆ, ਅੱਗੇ ਅੱਖਾਂ ਮੀਟ ਕੇ ਕਹਿ ਦਿੰਦੇ ਸੀ ਕਿ 10ਵੀਂ 8ਵੀਂ ਉਹ ਤੋਂ 5ਵੀਂ ਸ਼ਾਇਦ ਬੋਰਡ ਦੀ ਹੁੰਦੀ ਸੀ ਕਿ ਪੰਜਾਬੀ ਚ ਤੇ ਲੰਘ ਜਾਣਾ, ਇਹਨੂੰ ਪੜ੍ਹਨ ਦੀ ਜ਼ਰੂਰਤ ਹੀ ਨਹੀਂ, ਇਹਨੂੰ ਕਿ ਹਫ਼ਤਾ ਪਹਿਲਾਂ ਪੜ੍ਹ ਲਾਂਗੇ ਪੰਜਾਬੀ ਚ ਪਾਸ ਹੋ ਜਾਣਾ। ਪਰ ਹੁਣ ਉਲਟਾ ਜਿਹੜਾ ਹੋ ਰਿਹਾ ਕੰਮ, ਉਲਟੀ ਗੰਗਾ ਵਹਿ ਰਹੀ ਹੈ, ਹੁਣ ਦੂਜਿਆਂ ਚ ਤੇ ਵਿਦਿਆਰਥੀ ਪਾਸ ਹੋ ਰਹੇ ਆ ਭਾਵੇਂ ਛੋਲੇ ਦੇ ਕੇ ਤੇ ਭਾਵੇਂ ਆਪਣੀ ਮਿਹਨਤ ਦੇ ਨਾਲ, ਪਰ ਪੰਜਾਬੀ ਦੇ ਵਿੱਚ ਉਹਨਾਂ ਦਾ ਮੰਦਾ ਹਾਲ ਹੈ। ਪੰਜਾਬੀ ਦੇ ਵਿੱਚ ਪਹਿਲੀ ਗੱਲ ਤੇ ਨਿਰੋਲ ਪੰਜਾਬੀ ਤੇ ਬੋਲਣੀ ਨਹੀਂ ਆਉਂਦੀ, ਸ਼ੁੱਧ ਪੰਜਾਬੀ ਲਿਖਣੀ ਨਹੀਂ ਆਉਂਦੀ, ਜੇ ਹੁੰਦੇ ਵੀ ਇਹ ਪਾਸ ਤੇ ਬੜੇ ਥੋੜੇ ਅੰਕਾਂ ਦੇ ਨਾਲ ਪਾਸ ਹੁੰਦੇ ਆ। ਪਹਿਲੀ ਗੱਲ ਤੇ ਪੰਜਾਬੀ ਚ ਫੇਲ ਹੋਣ ਵਾਲਿਆਂ ਦੀ ਵੀ ਬੜੀ ਤਾਦਾਦ, ਤੇ ਸ਼ਾਇਦ ਇਹੀ ਕਾਰਨ ਹੈ ਕਿ ਉੱਥੇ ਪੰਜਾਬੀ ਪੜ੍ਹਾਉਣ ਵਾਲਿਆਂ ਦੀ ਖਾਸੀ ਕਰਨੀ ਹੈ।
ਬਿਲਕੁਲ ਜੀ, ਇਹਨਾਂ ਦੀ ਦੂਰ ਦੀ ਨਿਗਾਹ ਠੀਕ ਹੈ। ਜਦੋਂ ਦੂਰ ਕਿਸੇ ਹੋਰ ਸੂਬੇ ਦੇ ਵਿੱਚ ਕੁਛ ਹੁੰਦਾ, ਉਹ ਦੀਦਾ ਇਹਨਾਂ ਨੂੰ ਆਪਣੇ ਸੂਬੇ ਵਿੱਚ ਕੁਛ ਨਹੀਂ ਦਿੰਦਾ। ਅੱਗੇ ਆਪਾਂ ਸੱਤਾਧਾਰੀ ਪਾਰਟੀ ਦੀ ਗੱਲ ਕਰੀਏ, ਇਹ ਉਹਨਾਂ ਦੀ ਪ੍ਰਚਾਰ ਗੱਡੀ ਨੂੰ ਤੁਰਨ ਤੋਂ ਪਹਿਲਾਂ ਹੀ ਅੱਗ ਲੱਗੀ। ਇਹਨਾਂ ਨੇ ਪਿੱਛੇ ਜੇ ਯੋਜਨਾ ਉਲੀਕੀ ਸੀਗੀ, ਇਹ ਸਕੀਮ ਬਣਾਈ ਸੀਗੀ ਕਿ 50-60 ਗੱਡੀਆਂ ਦਾ ਇੱਕ ਕਾਫਲਾ ਲਈਏ, ਜਿਹਦੇ ਤੇ ਸਰਕਾਰ ਦੇ ਕੰਮਾਂ ਦਾ ਵੇਰਵਾ ਹੋਵੇ, ਚੰਗੇ ਪੋਸਟਰ ਲੱਗੇ ਹੋਣ, ਤੇ ਉਹਨਾਂ ਸਾਰੀਆਂ ਗੱਡੀਆਂ ਨੂੰ ਵੱਖ ਵੱਖ ਇਲਾਕਿਆਂ ਚ 117 ਜਿਹੜੇ ਹਲਕੇ ਉਹਨਾਂ ਦੇ ਵਿੱਚ ਭੇਜਿਆ ਜਾਵੇ, ਤੇ ਉਹ ਆਪਣੀਆਂ ਜਾ ਕੇ ਸਰਕਾਰ ਦੀਆਂ ਪ੍ਰਾਪਤੀਆਂ ਜਿਹੜੀਆਂ ਲੋਕਾਂ ਤੱਕ ਪਹੁੰਚਾ ਸਕਣ। ਇਹਨਾਂ ਗੱਡੀਆਂ ਨੇ ਅੱਜ ਤੁਰਨਾ ਸੀ, ਮਤਲਬ ਅੱਜ ਇਸ ਸਮੇਂ ਤੁਰਨਾ ਸੀ, ਹਰੀ ਝੰਡੀ ਦੇਣੀ ਸੀ ਬਿਕਰਮਜੀਤ ਸਿੰਘ ਮਜੀਠੀਆ ਨੇ, ਪਰ ਕੱਲ ਜਦੋਂ ਇਹਨਾਂ ਨੂੰ ਉੱਥੇ ਮੋਹਾਲੀ ਦੇ ਵਿੱਚ ਸੈਕਟਰ 78 ਦੇ ਸਟੇਡੀਅਮ ਚ ਲਿਆਂਦਾ ਗਿਆ, ਖੜੀਆਂ ਕੀਤੀਆਂ ਗਈਆਂ, ਤੇ ਇੱਕ ਦਾ ਸੈਲਫ ਮਾਰਿਆ, ਉਹਨੂੰ ਉੱਥੇ ਅੱਗ ਲੱਗੀ, ਉੱਥੇ ਹਫੜਾ ਦਫੜੀ ਮੱਚ ਗਈ। ਹਫੜਾ ਦਫੜੀ ਮੱਚਣ ਤੋਂ ਬਾਅਦ ਬੜੀ ਜਦੋਂ ਦੇ ਨਾਲ ਕਾਬੂ ਕੀਤਾ ਗਿਆ ਉਸ ਅੱਗ ਤੇ, ਕਿਉਂਕਿ ਦੂਸਰੀਆਂ ਗੱਡੀਆਂ ਵੀ ਆਸ ਪਾਸ ਖੜੀਆਂ ਸਨ, ਜੇ ਅੱਗੇ ਅੱਗ ਫੈਲ ਜਾਂਦੀ ਤੇ ਮੁਸੀਬਤ ਹੋਰ ਪੈ ਜਾਣੀ ਸੀ, ਉਹ ਪ੍ਰਚਾਰ ਪ੍ਰਚੂਰ ਫਿਰ ਉੱਥੇ ਰਹਿ ਜਾਣਾ ਸੀ। ਹੁਣ ਵੀ ਜਿਹੜਾ ਇੱਕ ਵਾਰੀ ਟਲ ਗਿਆ ਹਰੀ ਝੰਡੀ ਦੇ ਅੰਦਰ, ਜਿਹੜਾ ਪ੍ਰੋਗਰਾਮ ਸੀਗਾ ਮੁਲਤਵੀ ਕਰ ਦਿੱਤਾ ਗਿਆ, ਸ਼ਾਇਦ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਪ੍ਰਚਾਰ ਵਾਲੀਆਂ ਉਹ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਅਣਗਹਿਲੀ ਦਾ ਸ਼ਿਕਾਰ ਹੋ ਗਈਆਂ ਕਿ ਤੁਰਨ ਤੋਂ ਪਹਿਲੇ ਇਹਨਾਂ ਨੂੰ ਅੱਗ ਲੱਗ ਗਈ ਹੈ। ਲੋਕੀ ਹੁਣ ਕਹਿਣ ਲੱਗ ਪਏ ਆ ਜਿਹੜੀਆਂ ਗੱਡੀਆਂ ਨੂੰ ਤੁਰਨ ਤੋਂ ਪਹਿਲੇ ਅੱਗ ਲੱਗ ਗਈ, ਉਹ ਲੋਕਾਂ ਦੇ ਮਨਾਂ 'ਚ ਲੱਗੀ ਅੱਗ ਤੇ ਛੱਟੇ ਸਵਾਹ ਮਾਰਨਗੀਆਂ। ਪਰ ਵੇਖਣ ਵਾਲੀ ਗੱਲ ਇਹੀ ਹੈ ਜੀ ਕਿ ਇਸ ਪ੍ਰਚਾਰ ਮੁਹਿੰਮ ਨੂੰ ਜਿਹੜਾ ਨਾਂ ਦਿੱਤਾ ਗਿਆ ਉਹ ਦਿੱਤਾ ਗਿਆ ਪੰਜਾਬ ਦਾ ਪ੍ਰਕਾਸ਼। ਸੋ ਪੰਜਾਬ ਦਾ ਪ੍ਰਕਾਸ਼ ਜਿਹੜਾ ਨਾਂ ਦਿੱਤਾ ਗਿਆ, ਜਿਹਦੇ ਟਾਈਟਲ ਹੇਠ ਇਹ ਸਾਰੀਆਂ ਚੀਜ਼ਾਂ, ਆਹ ਸਾਰੀਆਂ ਗੱਡੀਆਂ ਜਿਹੜੀਆਂ ਉਹ ਜਾਣਗੀਆਂ। ਜਿਵੇਂ ਕੈਪਟਨ ਨੇ ਨਾਂ ਦਿੱਤਾ ਸੀ ਪੰਜਾਬ ਦਾ, ਕੈਪਟਨ ਕੈਪਟਨ ਦੀ ਮੁਹਿੰਮ ਨੂੰ ਉਹਨਾਂ ਦੀ ਟੀਮ ਵੱਲੋਂ ਨਾਂ ਦਿੱਤਾ ਗਿਆ, ਤਾਂ ਇਸੇ ਤਰ੍ਹਾਂ ਹੁਣ ਉਹਨਾਂ ਨੇ ਆਪਣੇ ਇਸ ਪ੍ਰਚਾਰ ਮੁਹਿੰਮ ਦਾ ਨਾਂ ਰੱਖਿਆ ਪੰਜਾਬ ਦਾ ਪ੍ਰਕਾਸ਼। ਪ੍ਰਕਾਸ਼ ਪੰਜਾਬ 'ਚ ਕਿੰਨਾ ਕੁ ਹੁੰਦਾ ਇਹਦੇ ਸਮਾਂ ਦੱਸੇਗਾ, ਪਰ ਪ੍ਰਕਾਸ਼ ਲਈ ਅੱਗ ਜ਼ਰੂਰ ਲੱਗਦੀ ਹੈ। ਬਿਲਕੁਲ ਜੀ, ਜ਼ਿਆਦਾ ਪ੍ਰਕਾਸ਼ ਹੋ ਗਿਆ ਅਤੇ ਲੋਕਾਂ ਦੇ ਘਰਾਂ ਵਿੱਚ ਹਨੇਰੇ ਕਰਕੇ ਪ੍ਰਕਾਸ਼ ਕਿੱਥੋਂ ਆਊਗਾ। ਅੱਗੇ ਆਪਾਂ ਬਿਜਲੀ ਦੀ ਗੱਲ ਕਰੀਏ ਕਿ ਪੰਜਾਬ ਦੇ ਇੱਕ ਬਿਜਲੀ ਪ੍ਰੋਜੈਕਟ ਦੇ ਹਿਮਾਚਲ ਦੀ ਅੱਖ। ਇਹ ਅਸਲ ਦੇ ਵਿੱਚ ਜਿਹੜਾ ਇੱਕ ਸ਼ਾਨਨ ਪਣ ਬਿਜਲੀ ਪ੍ਰੋਜੈਕਟ ਹੈ, ਇਹ ਹੈ ਹਿਮਾਚਲ ਦੇ ਵਿੱਚ ਹੈ, ਕਿਉਂਕਿ ਜਦੋਂ ਪੰਜਾਬੀ ਸੂਬੇ ਦਾ ਗਠਨ ਹੋਇਆ 1966 ਦੇ ਵਿੱਚ, ਅਤੇ ਜਿਹੜਾ ਜੋਗਿੰਦਰ ਨਗਰ ਇਲਾਕਾ ਸੀ ਉਹ ਹਿਮਾਚਲ ਪ੍ਰਦੇਸ਼ ਚਲੇ ਗਿਆ, ਅਤੇ ਉਸ ਜੋ ਪੁਨਰਗਠਨ ਐਕਟ ਸੀਗਾ ਉਦੋਂ ਦਾ, ਤਾਂ ਉਸ ਐਕਟ ਦੇ ਅਨੁਸਾਰ ਇਸ ਪਣ ਬਿਜਲੀ ਪ੍ਰੋਜੈਕਟ ਦੇ ਹੱਕ ਜਿਹੜਾ ਪੰਜਾਬ ਦਾ ਹੋ ਗਿਆ ਸੀਗਾ। ਔਰ ਇਹ ਇੱਕ ਅੰਗਰੇਜ਼ ਸੀਗਾ ਜਿਹਨੇ ਇਹ ਸੁਪਨਾ ਵੇਖਿਆ, ਬੈਟੀ ਸ਼ੈਦ ਉਹਦਾ ਨਾਮ ਸੀ, 1922 ਦੇ ਵਿੱਚ ਉਹਨੇ ਸੁਪਨਾ ਵੇਖਿਆ ਇਸ ਪ੍ਰੋਜੈਕਟ ਨੂੰ ਲਾਉਣ ਦਾ। 1925 'ਚ ਇਹ ਲਾਗੂ ਹੋਇਆ ਵਾ, ਚੱਲਿਆ, ਵਿੱਚੋਂ ਸੁਰੰਗ ਦੇ ਨਾਲ ਪਾਣੀ ਕੱਢਿਆ ਜਾਂਦਾ, ਫਿਰ ਬਿਜਲੀ ਬਣਾਈ ਜਾਂਦੀ ਹੈ। ਬਹੁਤ ਤਕੜਾ ਪ੍ਰੋਜੈਕਟ ਆ, ਇਹ ਪੰਜਾਬ ਦੇ ਹਿੱਸੇ ਆ ਗਿਆ। ਔਰ ਉਸ ਤੋਂ ਬਾਅਦ ਇਹਨਾਂ ਨੇ, ਕਿਉਂਕਿ ਪਹਿਲਾਂ ਜਿਹੜਾ ਉਹ ਸਿਰਫ 45 ਮੈਗਾਵਾਟ ਦਾ ਸੀਗਾ ਪ੍ਰੋਜੈਕਟ, ਫਿਰ ਪੰਜਾਬ ਵਾਲਿਆਂ ਨੇ ਕੋਈ ਹੋਰ ਕਾਰਬਾਈਨਾਂ ਉੱਥੇ ਫਿੱਟ ਕੀਤੀਆਂ, ਇਹਨਾਂ ਨੇ ਉਹਦੀ ਸਮਰੱਥਾ ਜਿਹੜੀ ਵਧਾ ਕੇ 110 ਮੈਗਾਵਾਟ ਕਰ ਦਿੱਤੀ। ਹੁਣ ਅਸਲ ਦੇ ਵਿੱਚ ਰੌਲਾ ਇਹ ਹੈ ਕਿ ਹਿਮਾਚਲ ਜਿਹੜਾ ਉਹ ਹੁਣ ਰੌਲਾ ਰੱਪਾ ਪਾ ਰਿਹਾ, ਉਹ ਕਹਿੰਦਾ ਜੀ ਪੰਜਾਬ ਸੰਭਾਲ ਨਹੀਂ ਕਰਦਾ, ਇਹਨਾਂ ਕੋਲ ਸਟਾਫ ਨਹੀਂ ਪੂਰਾ, ਇਹ ਹੈ ਵੋ ਹੈ ਜੋ ਹੈ। ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਇਹ ਪ੍ਰੋਜੈਕਟ ਜਿਹੜਾ ਸੀ ਉਹ ਪਟੇ 'ਤੇ ਸੀ। ਪਟਾ 1925 ਦੇ ਵਿੱਚ ਹੋਇਆ,
ਪੰਜਾਬ ਦੇ ਨਾਂ, ਤੇ 1924 ਦੇ ਵਿੱਚ 2024 ਦੇ ਵਿੱਚ ਉਹਨੇ ਖਤਮ ਹੋ ਜਾਣਾ, ਯਾਨੀ ਉਹਨਾਂ ਦੇ ਨਵੇਂ ਸਾਲ ਬਾਅਦ ਉਹ ਆਪਣੇ ਆਪ ਪਟਾ ਜਿਹੜਾ ਉਹਦਾ ਸਮਾਂ ਹੈ ਜਿਹੜਾ ਖਤਮ ਹੋ ਜਾਏਗਾ। ਹਿਮਾਚਲ ਪ੍ਰਦੇਸ਼ ਕਿਸੇ ਤਰੀਕੇ ਦੇ ਨਾਲ ਉਸ ਪਟੇ ਨੂੰ ਅੱਗੇ ਵਧਣ ਤੋਂ ਰੋਕਣਾ ਚਾਹੁੰਦਾ, ਇਸੇ ਕਰਕੇ ਹੁਣ ਇਹਨਾਂ ਨੇ ਪਹਿਲਾਂ ਪਿੱਛੇ ਜੇ ਵੀ ਜਦੋਂ SYL ਦਾ ਰੌਲਾ ਪਿਆ ਉਦੋਂ ਵੀ ਇਹਨਾਂ ਨੇ ਇਹ ਬਿਜਲੀ ਪ੍ਰੋਜੈਕਟਾਂ ਦਾ ਬਖੇੜਾ ਜਿਹੜਾ ਖੜਾ ਕੀਤਾ ਸੀ ਕਿ ਸਾਡਾ ਇੰਨੇ ਸੌ ਕਰੋੜ ਰੁਪਈਆ ਬਣਦਾ ਤੁਹਾਡੇ ਵੱਲ ਦਿਓ। ਹੁਣ ਇਹਨਾਂ ਦੀ ਨੀਅਤ ਜਿਹੜੀ ਸਾਫ਼ ਹੈ ਕਿ ਉਹ ਇਸ ਪੱਟੇ ਨੂੰ ਵਧਣਾ ਨਹੀਂ ਦੇਣਾ ਚਾਹੁੰਦੇ ਔਰ ਆਪਣਾ ਜਿਹੜਾ ਇਹ ਪ੍ਰੋਜੈਕਟ ਉਹਨਾਂ ਦੇ ਇਲਾਕੇ 'ਚ ਹੈ ਜਿਸ 'ਤੇ ਪੰਜਾਬ ਦਾ ਹੱਕ ਹੈ ਉਹ ਆਪਣੇ ਬੁੱਕਲ ਦੇ ਵਿੱਚ ਕਰਨਾ ਚਾਹੁੰਦੇ ਹੈ। ਹੁਣ ਪੰਜਾਬ ਵਾਲੇ ਜਿਹੜੇ ਉਹ ਤੁਹਾਨੂੰ ਪਤਾ ਹੀ ਹੈ ਜੀ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੀਆਂ ਅਫਰਾ ਤਫਰੀ ਮਚੀਆਂ ਹੋਈਆਂ ਨੇ, ਸਿਆਸੀ ਅਫਰਾ ਤਫਰੀਆਂ ਮਚੀਆਂ ਹੋਈਆਂ, ਉਹ ਅਫੜਾ ਤਫੜੀਆਂ ਦੇ ਵਿੱਚ ਇਹਨਾਂ ਦਾ ਕੋਈ ਬਹੁਤਾ ਉੱਧਰ ਖਿਆਲ ਨਹੀਂ ਹੈ। ਜੇ ਹੁਣ ਤੋਂ ਕੋਸ਼ਿਸ਼ਾਂ ਕਰਨ, ਜੇ ਉਹਦਾ ਰੱਖ ਰਖਾਵ ਹੈ, ਜਿਹੜੀ ਸਾਂਭ ਸੰਭਾਲ ਹੈ ਚੰਗੀ ਕਰਨ, ਆਪਣੇ ਦਾਅਵੇ ਨੂੰ ਪੁਖਤਾ ਰੱਖਣ, ਤੇ ਇਹ ਜਿਹੜਾ ਪਣ ਬਿਜਲੀ ਘਰ ਹੈ ਜਿਹੜਾ ਉਹ ਪੰਜਾਬ ਦਾ ਹੀ ਰਹਿ ਸਕਦਾ ਤੇ ਪੰਜਾਬ ਨੂੰ ਵੀ ਜ਼ਰੂਰਤ ਵੀ ਹੈ। ਪਰ ਮਸਲਾ ਇਹ ਹੈ ਕਿ ਇਹਨਾਂ ਨੇ ਚੰਡੀਗੜ੍ਹ ਤੇ ਦਾਅਵਾ ਬਰਕਰਾਰ ਨਹੀਂ ਰੱਖਿਆ, ਉਹ ਤੇ ਫਿਰ ਵੀ ਹਿਮਾਚਲ ਦੇ ਵਿੱਚ ਪੈਂਦਾ ਪਣ ਬਿਜਲੀ ਘਰ ਹੈ। ਸੋ ਇਹ ਉਹਦੇ ਬਾਰੇ ਵੀ ਆਖ ਦੇਣਗੇ, ਸਾਡੇ ਯਾਰਾ ਜਿੱਧਰ ਨੂੰ ਬਾਣੀਆਂ ਗਿਆ ਉੱਧਰ ਬਾਜ਼ਾਰ ਗਿਆ, ਸਾਡੇ ਦੋਵਾਂ ਦਾ ਤਾਪ ਘਰ ਇੱਕ ਸੀ ਦੂਜੇ ਤੇ ਕਿਉਂ ਮੈਂ ਹਾਰ ਗਿਆ। ਆ ਬਿਲਕੁਲ ਜੀ, ਇਹ ਸਾਰੇ ਅਧਿਕਾਰ ਆ ਜਿਹੜੇ ਇਹ ਇਹਨਾਂ ਨੇ ਕੋਈ ਵੀ ਕਿਸੇ ਦੇ ਉੱਤੇ ਇਸ ਤਰ੍ਹਾਂ ਨਹੀਂ ਰੱਖਿਆ, ਦੇ ਦੇਣਗੇ ਜੀ ਬਿਲਕੁਲ। ਅਤੇ ਅੱਗੇ ਆਪਾਂ ਗੱਲ ਕਰੀਏ ਕਿ ਜਿਹੜੇ ਇੱਥੇ ਸਕੈਂਡਲ ਨਿਕਲਦੇ ਆ, ਸਕੈਂਡਲ 'ਤੇ ਸਕੈਂਡਲ ਆ, ਪਰ ਜਿਹੜਾ ਹਾਈਵੇ ਦਾ ਸਕੈਂਡਲ ਸੀ ਉਹਦੀ ਅਵਾਰਤ ਪਹਿਲਾਂ ਹੀ ਲਿਖੀ ਹੋਈ ਸੀ। ਇਹ ਸਕੈਮ ਹੁਸ਼ਿਆਰਪੁਰ ਦਾ ਸੀ, ਇਹ ਸਕੈਂਡਲ ਜਿਹੜਾ ਨਿਕਲਿਆ ਵਾ ਜਲੰਧਰ ਤੋਂ, ਜਿਹੜਾ ਹੁਸ਼ਿਆਰਪੁਰ ਨੂੰ ਹਾਈਵੇ ਬਣਿਆ 4 ਲੈਨ, ਉਹਦੇ ਅਧੀਨ ਜਿਹੜੀ ਜ਼ਮੀਨ ਗ੍ਰਹਿਣ ਕੀਤੀ ਗਈ ਹੈ ਉਸ ਹਾਈਵੇ ਦੇ ਲਈ, ਉਹਦੇ 'ਚ ਸਕੈਂਡਲ ਹੋਇਆ ਵਾ। ਅਤੇ ਉਹਦੇ 'ਚ ਹੁਣ ਇਹ ਚੀਜ਼ਾਂ ਜਿਹੜੀਆਂ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਕਿ ਇਹ ਕੰਮ ਹੈ ਜਿਹੜਾ ਪ੍ਰੀਪਲੈਨ ਸੀਗਾ, ਪਹਿਲਾਂ ਹੀ ਇਹਦੀ ਸਕੀਮ ਜਿਹੜੀ ਘੜ ਲਈ ਗਈ ਸੀਗੀ, ਕਿਉਂਕਿ ਇੱਕ ਪਟਵਾਰੀ ਜਿਹੜਾ ਪਿੱਪਲਾਂ ਵਾਲੀ ਜਿੱਥੇ ਇਹ ਸਾਰਾ ਕੁਛ ਹੋਇਆ, ਉੱਥੇ ਜਿਹੜਾ ਪਟਵਾਰੀ ਲਿਆ ਕੇ ਉਹ ਬਾਹਰੋਂ ਲਾ ਕੇ ਲਿਆ ਗਿਆ, ਬਾਹਰੋਂ ਲਿਆ ਕੇ ਉੱਥੇ ਉਹਨੂੰ ਤੈਨਾਤ ਕੀਤਾ ਗਿਆ ਪਹਿਲਾਂ। ਔਰ ਉਸ ਤੋਂ ਬਾਅਦ ਕਮਾਲ ਦੀ ਚਲਾਕੀ ਇਹ ਕੀਤੀ ਗਈ ਕਿ ਜਿਹੜੇ ਚੈੱਕ ਵੰਡਣੇ ਸਨ ਇਹਨਾਂ ਨੇ, ਉਹ ਚੈੱਕ ਵੰਡਣ ਲਈ ਵੀ ਇੱਕ ਪਟਵਾਰੀ ਜਿਹੜਾ ਆਪਣਾ ਪਸੰਦੀਦਾ ਪਟਵਾਰੀ ਸੀਗਾ ਜਿਹੜਾ, ਉਹ ਵੀ ਬਾਹਰੋਂ ਪੁੱਟ ਕੇ ਇਹਨਾਂ ਨੇ ਲਿਆਂਦਾ। ਹਾਲਾਂਕਿ ਜਿਹੜੇ ਚੈੱਕ ਵੰਡਣ ਦਾ ਕੰਮ ਹੁੰਦਾ ਉਹ SDM ਜਾਂ ਤਹਿਸੀਲਦਾਰ ਇਸ ਪੱਧਰ ਦੇ ਅਧਿਕਾਰੀਆਂ ਦੇ ਨਿਗਰਾਨੀ ਹੇਠ ਹੁੰਦਾ, ਉਹਨਾਂ ਦੇ ਮੁਲਾਜ਼ਮ ਕਰਦੇ ਆ। ਪਰ ਇਹਨਾਂ ਨੇ, ਕਿਉਂਕਿ ਹਾਕਮ ਧਿਰ ਦੇ ਇਹ ਨੇਤਾ ਸਨ ਜਿਹਨਾਂ ਨੇ ਸਾਰੀ ਗੜਬੜੀ ਕੀਤੀ, ਕੁੱਲ 100 ਕਰੋੜ ਦਾ ਘੁਟਾਲਾ ਦੱਸੀ ਦਾ, ਤਾਂ ਉਹਨਾਂ ਨੇ ਉਹ ਜਿਹੜੇ ਦੋ ਪਟਵਾਰੀ ਸੀਗੇ ਉਹਨਾਂ ਦੇ ਵਿੱਚੋਂ ਇੱਕ ਨੂੰ ਤੇ ਪਿੱਪਲਾ ਵਾਲੀ 'ਚ ਲਾ ਦਿੱਤਾ, ਲਿਆ ਕੇ ਦੂਸਰੇ ਨੂੰ ਚੈੱਕ ਵੰਡਣ ਦਾ ਕੰਮ ਦੇ ਦਿੱਤਾ, ਯਾਨੀ ਸਾਰਾ ਕੁਛ ਆਪੋ ਆਪ ਹੀ ਕਰ ਲਿਆ, ਆਪ ਹੀ ਸਮੇਟ ਲਿਆ। ਸੋ ਉਹ ਜਿਹੜੀ ਇਹ ਸਾਰੀ ਗੜਬੜੀ ਹੋਈ ਉਹਦਾ ਹੁਣ ਰਾਜ ਖੁੱਲਦਾ ਜਾ ਰਿਹਾ, ਜਿਵੇਂ ਕਿ ਇਹਦਾ ਨੋਟੀਫਿਕੇਸ਼ਨ 1 ਦਸੰਬਰ ਨੂੰ ਜਾਰੀ ਹੁੰਦਾ, ਪਰ ਜਿਹੜਾ ਪਟਵਾਰੀ ਆਉਂਦਾ ਹੈ ਉਹ 15 ਦਸੰਬਰ ਤੱਕ ਉਹ ਜਿਹੜਾ ਰੋਜ਼ਨਾਮਚੇ ਦੇ ਵਿੱਚ ਦਰਜ ਨਹੀਂ ਕਰਦਾ। ਜੇ ਦਰਜ ਕਰਦਾ ਵੀ ਹੈ ਤੇ ਗਾਂ ਉਹ ਫਰਦਾਂ ਤੇ ਨੋਟੀਫਿਕੇਸ਼ਨ ਨਹੀਂ ਚੜ੍ਹਦਾ, ਜਿਹੜਾ ਉਸੇ ਦਿਨ ਜਿੱਦਣ 1 ਦਸੰਬਰ ਜਾਰੀ ਹੋਇਆ, ਜਿੱਦਣ 1 ਦਸੰਬਰ ਨੂੰ ਉਦਣ ਹੀ ਚੜ੍ਹਨਾ ਚਾਹੀਦਾ ਸੀ। ਜੇ ਹੁਣ ਉਹ ਪਟਵਾਰੀ ਨੂੰ ਪੁੱਛਿਆ ਜਾ ਰਿਹਾ ਕਿ ਭਾਈ ਸਾਹਿਬ ਤੁਹਾਡੇ 'ਚ ਕੀ ਖਾਸੀਅਤ ਹੈ ਕਿ ਤੁਹਾਨੂੰ ਬੜੀ ਦੂਰੋਂ ਇੱਥੇ ਲਿਆਂਦਾ ਗਿਆ ਇਹਨਾਂ ਦਿਨਾਂ 'ਚ, ਉਹ ਕਹਿੰਦਾ ਜੀ ਇਹ ਮੇਰੀ ਖੂਬੀ, ਮੈਂ ਤੇ ਆਪਦੇ ਮੂੰਹ ਕੀ ਦੱਸ ਸਕਦਾ, ਇਹ ਤੇ ਤੁਸੀਂ ਉਹਨਾਂ ਤੋਂ ਪੁੱਛੋ ਜਿਹੜੇ ਲਿਆਏ ਆ। ਜੇ ਉਹਨੂੰ ਪੁੱਛੀਦਾ ਵੀ ਹਾਂ ਭਾਈ ਤੂੰ
ਰੋਜ਼ ਨਾਮਚੇ ਦੇ ਵਿੱਚ ਕਿਉਂ ਨੀ ਦਰਜ ਕੀਤਾ? ਉਹ ਕਹਿੰਦਾ ਜੀ ਰੋਜ਼ ਨਾਮਚੇ ਚ ਦਰਜ ਕੀਤਾ। ਜੇ ਉਹਨੂੰ ਇਹ ਸਵਾਲ ਕੀਤਾ ਜਾਂਦਾ ਜੇ ਰੋਜ਼ ਨਾਮਚੇ ਚ ਦਰਜ ਕੀਤਾ ਹੀ ਤੇ ਫਿਰ ਪਰਦਾ ਤੇ ਕਿਉਂ ਨੀ ਚੜਿਆ, ਰਜਿਸਟਰੀਆਂ ਕਿਉਂ ਹੁੰਦੀਆਂ ਰਹੀਆਂ? ਤੇ ਉਹ ਕਹਿੰਦਾ ਜੀ ਕਿ ਇਹ ਤਾਂ ਸਾਡੇ ਤੋਂ ਕੰਪਿਊਟਰ ਦੇ ਵਿੱਚ ਗੜਬੜ ਹੋ ਗਈ। ਸੋ ਉਹ ਗੜਬੜ ਤਾਂ ਮੰਨ ਰਿਹਾ, ਤਾਂ ਗੜਬੜ ਇੰਨੀ ਕੱਲੀ ਕੰਪਿਊਟਰ ਦੀ ਨਹੀਂ ਹੋਈ, ਗੜਬੜ ਜਿਹੜੀ ਹੈ ਉਹ ਸਿਰਾਂ ਦੇ ਵਿੱਚ ਜਿਹੜਾ ਕੰਪਿਊਟਰ ਉਹਦੇ ਵਿੱਚ ਵੀ ਹੋਈ ਹੈ, ਸਾਰਿਆਂ ਦੀ ਗੜਬੜ ਹੋਈ ਹੈ। ਅਸਲ ਦੇ ਵਿੱਚ ਕੀ ਸੀਗਾ ਕਿ ਕਿਸਾਨਾਂ ਤੋਂ ਜ਼ਮੀਨ ਜਿਹੜੀ ਹੈ ਉਹ ਵਿਚਰਾ ਕੇ ਉਹਨਾਂ ਤੋਂ ਲਈ ਗਈ, ਫਿਰ ਕਲੋਨੀ ਫਰਜ਼ੀ ਕਲੋਨੀ ਇਕੱਠੀ ਕਰਕੇ ਉਹਦੇ ਵਿੱਚ 100 ਕਰੋੜ ਰੁਪਏ ਦਾ ਮੁਨਾਫਾ ਸ਼ੱਕ ਛਕਾ ਗਏ, ਜਿਹੜਾ ਅਸਿੱਧੇ ਰੂਪ ਦੇ ਵਿੱਚ ਕਹਿ ਸਕਦੇ ਹਾਂ ਕਿ ਇਹਨਾਂ ਦੀਆਂ ਜੇਬਾਂ ਚ ਗਿਆ, ਪਰ ਸਿੱਧੇ ਰੂਪ ਚ ਉਹ ਧੋਖਾ ਸੀ ਕਿਸਾਨਾਂ ਨਾਲ। ਕਿਸਾਨਾਂ ਦੀ ਉਪਜਾਊ ਜ਼ਮੀਨ ਲੈ ਕੇ ਇਹਨਾਂ ਨੇ ਕਲੋਨੀ ਕੱਟ ਕੇ ਅੱਗੇ ਸਰਕਾਰ ਨੂੰ ਮਹਿੰਗੇ ਪਾ ਦਿੱਤੀ। ਸੋ ਇਹਦਾ ਹੁਣ ਜਿਹੜਾ ਸਿਆਸੀ ਬਵਾਲ ਵੀ ਪੈਣ ਵਾਲਾ। ਕੱਲ ਸੁੱਚਾ ਸਿੰਘ ਛੋਟੇਪੁਰ ਉਹ ਵੀ ਗਏ ਸਨ, ਕਾਂਗਰਸੀ ਵੀ ਹੁਣ ਧਰਨਾ ਲਾਉਣ ਦੀ ਤਿਆਰੀ ਕਰਦੇ ਪਏ, ਔਰ ਆਉਣ ਵਾਲੇ ਦਿਨਾਂ ਚ ਇਹ 100 ਕਰੋੜੀ ਜਿਹੜਾ ਘੁਟਾਲਾ ਹੈ ਇਹ ਸਿਆਸੀ ਮੰਚਾਂ ਤੇ ਖੂਬ ਧੁਮਾ ਪਏਗਾ। ਆ ਬਿਲਕੁਲ ਜੀ, ਅੱਗੇ ਤਾਂ ਘਟਾਲੇ ਹੀ ਘਟਾਲੇ ਆ, ਦੇਖਦੇ ਹਾਂ ਅੱਗੇ ਅੱਗੇ ਹੁੰਦਾ ਕੀ ਆ। ਅਤੇ ਅੱਗੇ ਪੰਜਾਬ ਦੇ ਵਿੱਚ ਹੀ ਬਹੁਤ ਕੁਛ ਹੋ ਰਿਹਾ, ਜਿਸ ਤਰ੍ਹਾਂ ਪਠਾਨਕੋਟ ਆ, ਪਠਾਨਕੋਟ ਦੇ ਵਿੱਚ ਹੋਰ ਸੰਭਾਵੀ ਅੱਤਵਾਦੀ ਹਮਲੇ ਦੀ ਵੀ ਇਸ ਤਰ੍ਹਾਂ ਆ ਕਿ ਹੋ ਸਕਦਾ ਆ, ਅਤੇ ਉਸ ਨੂੰ ਲੈ ਕੇ ਵੱਡੀ ਤਲਾਸ਼ੀ ਦੀ ਮੁਹਿੰਮ। ਇਹ ਅਸਲ ਦੇ ਵਿੱਚ ਇੱਕ ਸੰਸਦੀ ਕਮੇਟੀ ਨੇ ਰਿਪੋਰਟ ਦਿੱਤੀ ਸੀ ਕੁਛ ਦਿਨ ਪਹਿਲਾਂ ਕਿ ਭਾਈ ਪਠਾਨਕੋਟ ਦੇ ਲਾਗੇ ਅੱਗੇ ਅੱਤਵਾਦੀ ਆ ਜਿਹੜੇ ਉਹ ਲੁਕੇ ਹੋਏ ਆ, ਤੇ ਇੱਕ ਵਾਰ ਫਿਰ ਰੇਲਵੇ ਸਟੇਸ਼ਨ ਤੇ ਹਮਲਾ ਹੋ ਸਕਦਾ। ਇਹ ਜਿਵੇਂ ਹੀ ਰਿਪੋਰਟ ਉਹਨਾਂ ਨੇ ਜਾ ਕੇ ਦਾਖਲ ਕੀਤੀ, ਇੱਥੇ ਹਾ ਹੱਲਾ ਮੱਚ ਗਿਆ। ਹੁਣ ਪੁਲਿਸ ਆ ਜਿਹੜੀ ਕੱਲ ਦੀ ਉਹ ਬਹੁਤ ਸਾਰੇ ਪਿੰਡ ਜਿਹੜੇ ਸਰਹੱਦੀ ਪਿੰਡ ਆ ਜਿਹਨਾਂ ਦੇ ਵਿੱਚ ਖਾਸ ਤੌਰ ਤੇ ਗੁਜ਼ਰ ਬੈਠੇ ਹੋਏ ਗੁਜ਼ਰ ਜਿਹੜੇ ਪਸ਼ੂ ਚਰਾਉਂਦੇ ਆ, ਤਾਂ ਉਹ ਚਰਵਾਹਿਆਂ ਦੇ ਜਿਹੜੇ ਟਿਕਾਣੇ ਆ ਉਹ ਖੋਲੇ ਜਾ ਰਹੇ ਆ। ਦੇਖਿਆ ਜਾ ਰਿਹਾ ਕਿ ਇਸ ਕਹਾਣੀ 'ਚ ਕਿੰਨੀ ਕੁ ਸੱਚਾਈ ਹੈ। ਹੁਣ ਬੜੇ ਵੱਡੇ ਪੱਧਰ ਤੇ ਜੰਗੀ ਪੱਧਰ ਤੇ ਤਲਾਸ਼ੀ ਮੁਹਿੰਮ ਜਾਰੀ ਹੈ, ਪਰ ਹਾਲੇ ਤੱਕ ਨਿਕਲਿਆ ਤੱਕ ਨਹੀਂ। ਸੰਸਦੀ ਕਮੇਟੀ ਤੇ ਕੈਪਟਨ ਨੇ ਕੱਲ੍ਹ ਹੀ ਕਟਾਕਸ਼ ਕੀਤੀ, ਉਹਨੇ ਕਿਹਾ ਕਿ ਇਹ ਮਹਿਜ਼ ਜਿਹੜਾ ਆ ਬੇਵਕੂਫਾਨਾ ਜਿਹੜਾ ਇਹ ਕੰਮ ਕੀਤਾ ਸੰਸਦੀ ਕਮੇਟੀ ਨੇ, ਇਹ ਬਿਲਕੁਲ ਏਦਾਂ ਦਾ ਕੁਛ ਵੀ ਨਹੀਂ ਹੈ। ਹੁਣ ਸੰਸਦੀ ਕਮੇਟੀ ਦਾ ਜਿਹੜਾ ਇਹ ਮੰਨਣਾ ਕਿ ਅੱਤਵਾਦੀ ਆਸ ਪਾਸ ਦੇ ਇਲਾਕਿਆਂ 'ਚ ਲੁਕੇ ਹੋਏ ਆ, ਤਾਂ ਇਹ ਆਪਣੇ ਆਪ ਦੇ ਵਿੱਚ ਵੀ ਸਵਾਲ ਖੜਾ ਕਰਦਾ ਹੈ ਕਿ ਜਿਹੜੇ ਸਾਡੇ ਲੋਕ ਸੰਸਦ ਦੇ ਵਿੱਚ ਬੈਠੇ ਆ ਉਹ ਸਾਡੀ ਇੰਟੈਲੀਜੈਂਸ ਤੇ ਪੰਜਾਬ ਪੁਲਿਸ ਤੋਂ ਵੀ ਕਹੇ ਗਿਆ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਫਲਾਣੇ ਪਿੰਡਾਂ ਦੇ ਵਿੱਚ ਫਲਾਣੇ ਗੁਜਰਾਂ ਦੇ ਟਿਕਾਣਿਆਂ ਤੇ ਉਹ ਪਹੁੰਚ ਸਕਦੇ ਆ। ਤੇ ਜੇ ਅੱਤਵਾਦੀ ਇੰਨਾ ਚਿਰ ਪਹਿਲਾਂ ਆ ਕੇ ਲੁਕੇ ਹੋਇਆ ਤੇ ਉਹ ਉਡੀਕ ਕਾਹਦੀ ਕਰਦੇ ਰਹੇ ਕਿ ਮੂਰਤ ਕਢਾਈਏ ਫਿਰ ਅਸੀਂ ਇਹ ਕੰਮ ਕਰਾਂਗੇ। ਸੋ ਆਪਣੇ ਆਪ ਦੇ ਵਿੱਚ ਬੜੇ ਸਵਾਲ ਆ ਕਿ ਸੰਸਦੀ ਕਮੇਟੀ ਨੂੰ ਕਿੱਥੋਂ ਪਤਾ ਲੱਗ ਗਿਆ ਕਿ ਇੰਟੈਲੀਜੈਂਸ ਜਿਹੜੀ ਹੈ ਸਾਡੀ ਉਹ ਨਿਕੰਮੀ ਹੈ, ਪੰਜਾਬ ਪੁਲਿਸ ਹੈ ਜਿਹੜੀ ਉਹ ਨਿਕੰਮੀ ਹੈ। ਤੀਜੀ ਗੱਲ ਸਭ ਤੋਂ ਵੱਡੀ ਗੱਲ ਹੈ ਜਿਹੜੀ ਕਿ ਜੇਕਰ ਇਹ ਅੱਤਵਾਦੀ ਆ ਗਏ ਆ, ਸੰਸਦੀ ਕਮੇਟੀ ਦਾ ਮੰਨਣਾ ਇੱਥੇ ਬੈਠੇ ਆ ਕਿ ਫਿਰ ਉਹਨਾਂ ਨੂੰ ਲੱਭਣ ਦੇ ਵਿੱਚ ਇੰਨੀ ਦੇਰ ਗਿਆ। ਸੋ ਕੁੱਲ ਮਿਲਾ ਕੇ ਜੇ ਦੇਖੀਏ ਤੇ ਇਹ ਕਹਾਣੀ ਜਿਵੇਂ ਅੱਗੇ ਲੋਕਾਂ ਨੇ ਇੱਥੇ ਉਦੋਂ ਬਾਅਦ ਬੜੀਆਂ ਅਫਵਾਹਾਂ ਫੈਲਾਈਆਂ, ਮੈਂ ਵੇਖਿਆ ਜੀ ਇੱਧਰੋਂ ਅੱਤਵਾਦੀ ਜਾਂਦਾ ਸੀ ਉੱਧਰੋਂ ਜਾਂਦਾ ਸੀ, ਐਵੇਂ ਕਮਾਦਾਂ ਦੇ ਵਿੱਚ ਆਰਮੀ ਨੂੰ ਘੁਮਾਈ ਫਿਰਦੇ ਸੀ, ਐਵੇਂ ਨਿਕਲਿਆ ਕਿਤੋਂ ਵੀ ਨਹੀਂ, ਤੇ ਇਹ ਵੀ ਸ਼ਾਇਦ ਪਹਾੜ ਪੁੱਟ ਕੇ ਨਿਕਲਣਾ, ਇਹਦੇ ਚੋਂ ਚੂਹਾ ਵੀ ਨਹੀਂ, ਕੁਛ ਵੀ ਨਹੀਂ ਨਿਕਲਣਾ, ਕਿਉਂਕਿ ਅੱਤਵਾਦੀ ਇੰਨਾ ਚਿਰ ਇੱਕ ਥਾਂ ਤੇ ਨਹੀਂ ਬੈਠ ਸਕਦੇ, ਕਿਉਂਕਿ ਸੰਸਦੀ ਕਮੇਟੀ ਦਾ ਮੰਨਣਾ ਕਿ ਮਹੀਨਾ ਕਈ ਮਹੀਨੇ ਪਹਿਲਾਂ ਉਹ ਇੱਥੇ ਆ ਗਏ ਸਨ, ਲੰਘ ਆਏ ਸਨ, ਪਾਰੋਂ ਆ ਗਏ, ਇੱਥੇ ਲੁਕੇ ਹੋਏ ਹਨ ਤੇ ਕਿਸੇ ਵੀ ਸਮੇਂ ਜਿਹੜਾ ਹਮਲਾ ਕਰ ਸਕਦੇ ਹਨ। ਤੇ ਮੇਰੇ ਖਿਆਲ ਦੇ ਨਾਲ ਸੰਸਦੀ ਕਮੇਟੀ ਹੈ ਜਿਹੜੀ
ਉਹਨੂੰ ਪਹਿਲੀ ਗੱਲ ਤੇ ਜੇ ਇਹੋ ਜਿਹੀ ਕੋਈ ਗੱਲ ਕਰਨੀ ਸੀ, ਇਹੋ ਜਿਹੀ ਰਿਪੋਰਟ ਦੇਣੀ ਸੀ ਤਾਂ ਇਹਨੂੰ ਜਨਤਕ ਨਹੀਂ ਸੀ ਕਰਨਾ ਚਾਹੀਦਾ। ਵਿੱਚੇ ਵਿੱਚ ਕਾਰਵਾਈ ਹੁੰਦੀ, ਵਿੱਚੇ ਵਿੱਚ ਪਹਿਲਾਂ ਸਾਰਾ ਮੁਆਇਨਾ ਕੀਤਾ ਜਾਂਦਾ, ਸਾਰਾ ਸਰਵੇਖਣ ਕੀਤਾ ਜਾਂਦਾ ਕਿ ਇਹਨਾਂ ਚੀਜ਼ਾਂ 'ਚ ਸੱਚਾਈ ਹੈ। ਪਰ ਇਹਨਾਂ ਨੇ ਸਾਰਾ ਕੁਛ ਜਨਤਕ ਕਰ ਦਿੱਤਾ, ਰੌਲਾ ਪੈ ਗਿਆ, ਸਹਿਮ ਫੈਲ ਗਿਆ ਉਸ ਇਲਾਕੇ ਦੇ ਵਿੱਚ ਜੋ ਕਿ ਗਲਤ ਗੱਲ ਆ। ਇਹ ਆਮ ਤੌਰ ਤੇ ਹੀ ਇੱਥੇ ਹੁੰਦਾ ਹਿੰਦੁਸਤਾਨ ਦੇ ਵਿੱਚ। ਇਸ ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਆਈਬੀ ਵੀ ਫੈਲਾ ਦਿੰਦੀ ਹੈ, ਮੀਡੀਆ ਵੀ ਫੈਲਾ ਦਿੰਦਾ, ਹੁਣ ਸੰਸਦੀ ਕਮੇਟੀ ਵੀ ਸਰਾਹ ਪੈ ਗਈ ਹੈ, ਤਾਂ ਇਹ ਚੀਜ਼ ਨਹੀਂ ਸੀ ਹੋਣੀ ਚਾਹੀਦੀ। ਗੈਰ ਪੇਸ਼ੇਵਰਾਨਾ ਇਹਨਾਂ ਦੀ ਪਹੁੰਚਿਆ, ਪਰ ਜੇ ਇਹ ਹੋ ਗਿਆ ਹੁਣ ਸੱਚਾਈ ਹੈ ਜਿਹੜੀ ਸਾਹਮਣੇ ਆਉਣੀ ਚਾਹੀਦੀ ਹੈ। ਪਰ ਕੁਛ ਲੋਕਾਂ ਦਾ ਮੰਨਣਾ ਕਿ ਇਹ ਪੰਜਾਬ ਦੀ ਦਿੱਖ ਨੂੰ ਖਰਾਬ ਕਰਨ ਦੀ ਇੱਕ ਕਹਿ ਲਈਏ ਕਿ ਵਿਆਉਂਦੇ ਆ। ਬਿਲਕੁਲ ਜੀ, ਕੁਛ ਰਿਪੋਰਟਾਂ ਇਸ ਲਈ ਬਣਾਈਆਂ ਜਾਂਦੀਆਂ ਤਾਂ ਕਿ ਜਿਹੜਾ ਧਿਆਨ ਹੈ ਲੋਕਾਂ ਦਾ ਇੱਧਰ ਉੱਧਰ ਕਰ ਦਿੱਤਾ ਜਾਵੇ, ਅਸਲੀ ਮੁੱਦੇ ਤੋਂ ਭਟਕ ਜਾਵੇ। ਅਤੇ ਅਖੀਰ ਦੇ ਵਿੱਚ ਦੋ ਕੁਐਸਚਨ ਹੋਣਗੇ ਜੀ। ਇੱਕ ਤਾਂ ਪੰਜਾਬ ਦੇ ਵਿੱਚ ਕਿਹੜੀ ਵਿਦਿਆਰਥੀ ਹੈ ਚੋਣਾਂ ਦੀ ਮੰਗ ਉੱਠਣ ਲੱਗੀ ਆ? ਹਾਂਜੀ, ਇਹ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਚੋਣਾਂ ਬੰਦ ਪਈਆਂ ਹੋਈਆਂ ਹਨ, ਦੋ ਮੇਰੇ ਖਿਆਲ ਦੇ ਨਾਲ ਦੋ ਦਹਾਕੇ ਹੋ ਗਏ ਤਕਰੀਬਨ ਚੋਣਾਂ ਨਹੀਂ ਹੋਈਆਂ। 1984-85 ਦੇ ਵਿੱਚ ਸ਼ਾਇਦ ਇਹ ਆਖਰੀ ਵਾਰ ਚੋਣਾਂ ਹੋਈਆਂ, ਉਦੋਂ ਬੰਦ ਕਰ ਦਿੱਤੀਆਂ ਗਈਆਂ। ਉਸ ਤੋਂ ਬਾਅਦ ਕਦੇ ਵੀ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਚੋਣਾਂ ਨਹੀਂ ਹੋਈਆਂ। ਹੁਣ ਦੁਬਾਰਾ ਮੰਗ ਉੱਠਣ ਲੱਗੀ, ਕਿਉਂਕਿ ਹਰਿਆਣੇ ਦੇ ਵਿੱਚ ਵੀ ਇਹ ਬੰਦ ਹੋ ਗਈਆਂ ਸਨ ਚੋਣਾਂ, ਸ਼ਾਇਦ 1990 ਤੋਂ ਬਾਅਦ ਕਿਉਂਕਿ ਨਹੀਂ ਹੋਈਆਂ ਚੋਣਾਂ, ਤੇ ਐਤਕੀ ਉਹਨਾਂ ਨੇ ਚੋਣਾਂ ਕਰਵਾ ਦਿੱਤੀਆਂ। ਹੁਣ ਹਰਿਆਣੇ ਨੂੰ ਵੇਖ ਕੇ ਪੰਜਾਬ ਦੇ ਵਿੱਚੋਂ ਵੀ ਮੰਗ ਉੱਠਣ ਲੱਗ ਗਈ ਹੈ, ਖਾਸ ਤੌਰ ਤੇ ਜਿਹੜੇ CPI ਦੇ ਨੇਤਾ ਨੇ ਜਾਂ ਕਾਂਗਰਸ ਦੇ ਨੇਤਾ ਨੇ ਜਾਂ ਆਮ ਆਦਮੀ ਪਾਰਟੀ ਨੇਤਾ ਦੇ ਇੱਕ ਸੁਰ ਦੇ ਵਿੱਚ ਕਹਿ ਰਹੇ ਆ ਕਿ ਚੋਣਾਂ ਜਿਹੜੀਆਂ ਹੋਣੀਆਂ ਚਾਹੀਦੀਆਂ, ਕਿਉਂਕਿ ਇਹ ਵਿਦਿਆਰਥੀਆਂ ਦੇ ਸਮੂਰੀ ਹੱਕ ਨੇ ਕਿ ਉਹ ਆਪਣਾ ਨੁਮਾਇੰਦਾ ਚੁਣ ਸਕਣ। ਸੋ ਜਿਹੜੀ ਸਾਡੀ ਇੱਥੋਂ ਦੀ ਸਰਕਾਰ ਆ ਉਹ ਵੀ ਕਹਿ ਰਹੀ ਆ ਕਿ ਅਸੀਂ ਹਰਿਆਣੇ ਦਾ ਪੈਟਰਨ ਵੇਖਾਂਗੇ, ਕਿਸ ਤਰ੍ਹਾਂ ਉਹਨਾਂ ਦੀਆਂ ਚੋਣਾਂ ਹੋਈਆਂ ਔਰ ਕਿਸ ਤਰੀਕੇ ਦੇ ਨਾਲ ਉਹ ਚੋਣਾਂ ਨੇਪਰੇ ਚੜੀਆਂ, ਕੀ ਮਾਹੌਲ ਰਿਹਾ, ਤਾਂ ਫਿਰ ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ। ਇੱਥੋਂ ਦੀਆਂ ਜਿਹੜੀਆਂ ਵਿਦਿਆਰਥੀ ਫੈਡਰੇਸ਼ਨ ਹੈ ਜਿਵੇਂ ਪੰਜਾਬ ਸਟੂਡੈਂਟ ਯੂਨੀਅਨ ਹੈ, SFI ਆ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ, ਇਹ ਵੀ ਸਾਰੇ ਲੰਮੇ ਚਿਰ ਤੋਂ ਮੰਗ ਕਰਦੇ ਆ ਕਿ ਭਾਈ ਸਾਡੇ ਇੱਥੇ ਚੋਣਾਂ ਕਰਵਾਈਆਂ ਜਾਣ। ਚੋਣਾਂ ਹੋਣੀਆਂ ਵੀ ਚਾਹੀਦੀਆਂ, ਜਮਹੂਰੀ ਹੱਕ ਹੈ ਜਿਹੜਾ ਵਿਦਿਆਰਥੀਆਂ ਤੋਂ ਮਿਲਣਾ ਵੀ ਚਾਹੀਦਾ, ਨੁਮਾਇੰਦੇ ਉਹਨਾਂ ਦੇ ਚੁਣੇ ਵੀ ਜਾਣੇ ਚਾਹੀਦੇ ਆ, ਔਰ ਇੱਥੋਂ ਹੀ ਲੀਡਰ ਨਿਕਲਦੇ ਆ। ਵੱਡੇ ਲੀਡਰ ਹਮੇਸ਼ਾ ਇਹਨਾਂ ਯੂਨੀਅਨ ਵਿਦਿਆਰਥੀ ਯੂਨੀਅਨਾਂ 'ਚ ਆਪਣਾ ਮੁੱਢਲਾ ਸਫ਼ਰ ਮੁੱਢਲਾ ਪੜਾਅ ਸ਼ੁਰੂ ਕਰਦੇ ਆ, ਪਰ ਸਿਆਪਾ ਇਹ ਹੈ ਕਿ ਇੱਥੇ ਚੋਣਾਂ ਤੋਂ ਬਗੈਰ ਹੀ ਫੈਰੋਫੈਰੀ ਹੋ ਕੇ ਮਰ ਜਾਂਦੇ ਆ। ਮੁਕਤਸਰ ਕਤਲ ਹੋਇਆ ਸੀਗਾ ਪ੍ਰਧਾਨਗੀ ਨੂੰ ਲੈ ਕੇ, ਬਹੁਤ ਥਾਵਾਂ 'ਤੇ ਜਗਰਾਓਂ ਕਤਲ ਹੋਇਆ, ਬਹੁਤ ਥਾਵਾਂ 'ਤੇ ਗੋਲੀਆਂ ਚੱਲੀਆਂ। ਇਹ ਤਾਂ ਪਹਿਲਾਂ ਹੀ ਨਹੀਂ ਮਾਣ ਆ ਕਿ ਪਹਿਲਾਂ ਹੀ ਪੋਸਟਰ ਲਾਉਣ 'ਤੇ ਇੱਕ ਬੰਦੇ ਮਾਰੀ ਜਾਂਦੇ ਇੱਕ ਦੂਜੇ ਗਰੁੱਪ ਦੇ, ਜੇ ਚੋਣਾਂ ਸ਼ੁਰੂ ਹੋ ਗਈਆਂ। ਇਸ ਗੱਲ ਦਾ ਖਿਆਲ ਰੱਖਣਾ ਪਵੇਗਾ ਕਿ ਖੂਨ ਖਰਾਬਾ ਜਿਹੜਾ ਪੋਸਟਰ ਲਾਉਣ ਤੋਂ ਇੰਨਾ ਹੋ ਜਾਂਦਾ, ਚੋਣਾਂ ਹੋਣ ਤੋਂ ਬਾਅਦ ਕਿਤੇ ਵੱਧ ਨਾ ਜਾਵੇ। ਇਸ ਗੱਲ ਦਾ ਪਹਿਲਾਂ ਖਿਆਲ ਰੱਖ ਲੈਣ, ਇਹਦੇ ਲਈ ਇੱਕ ਮਾਹੌਲ ਬਣਾ ਲੈਣ, ਫਿਰ ਚੋਣਾਂ ਕਰਵਾ ਲੈਣ, ਕੋਈ ਚੱਕਰ ਨਹੀਂ ਹੈ। ਪਰ ਜੇ ਆਹ ਚੀਜ਼ਾਂ ਨਹੀਂ ਠੱਲੀ ਜਾਂਦੀਆਂ, ਆਹ ਚੀਜ਼ਾਂ ਨਹੀਂ ਰੋਕੀਆਂ ਜਾਂਦੀਆਂ, ਗੋਲੀਬਾਰੀ ਜਿਹੜੀ ਗੋਲੀਬਾਰੀ ਆਪਸ ਦੇ ਵਿੱਚ ਗਰੁੱਪਾਂ ਦੀ ਹੁੰਦੀ ਹੈ, ਤਾਂ ਫਿਰ ਇਹਨਾਂ ਚੋਣਾਂ ਦਾ ਕੋਈ ਫਾਇਦਾ ਨਹੀਂ। ਉਹਦੇ ਨਾਲ ਤੇ ਚੰਗਾ ਠੀਕ ਆ ਕਿ ਪੋਸਟਰਾਂ ਤੋਂ ਕਿਤੇ ਵਿਰਲੀ ਵਿਰਲੀ ਲੜਾਈ ਹੁੰਦੀ ਹੈ, ਇਹ ਚੋਣਾਂ ਹੋ ਗਿਆ ਫਿਰ ਤੇ ਚਤੋਂ ਪੈਰ ਇਸੇ ਕੰਮ 'ਚ ਲੱਗੇ ਰਿਹਾ ਕਰਨਗੇ। ਜੀ ਬਿਲਕੁਲ, ਇਹ ਨਹੀਂ ਵੈਸੇ ਤਾਂ ਕਦੋਂ ਦਾ ਸਿਆਪਾ ਇਹ ਖਤਮ ਕਰ ਲਿਆ। ਅਤੇ ਅੱਗੇ ਆਪਾਂ ਸ਼ਿਵ ਸੈਨਾ ਦੇ ਯੂਥ ਪ੍ਰਧਾਨ 'ਤੇ ਜਿਹੜੀ ਗੋਲੀ ਚੱਲੀ ਸੀਗੀ, ਉਹ ਕਹਿੰਦੇ ਇੱਕ ਨਿਰਾ ਡਰਾਮਾ ਹੀ ਸੀ। ਇਹ ਗੋਲੀ ਚੱਲੀ ਫਰਵਰੀ ਦੇ ਵਿੱਚ ਸੀਗੀ ਸ਼ਾਇਦ, ਅਮਿਤ ਅਰੋੜਾ ਉਹਦਾ ਨਾਮ ਸੀਗਾ, ਸ਼ਿਵ ਸੈਨਾ ਦਾ ਜਿਹੜਾ ਯੂਥ ਪ੍ਰਧਾਨ, ਅਤੇ ਉਹ ਗੋਲੀ
ਇਹ ਲੱਗੀ ਦਿਖਾਈ ਸੀ ਇਹਨਾਂ ਨੇ ਕਿ ਉਹਦੇ ਗਨਮੈਨ ਨੂੰ ਛੂ ਕੇ ਨਿਕਲ ਗਈ ਤੇ ਉਹਨੂੰ ਜਾ ਕੇ ਵੱਜ ਗਈ। ਇਹ ਇਸ ਤਰ੍ਹਾਂ ਦਾ ਡਰਾਮਾ ਜਿਹਾ ਕੀਤਾ ਸੀ ਇਹਨਾਂ ਨੇ ਤੇ ਉਦੋਂ ਹੀ ਸ਼ੱਕ ਪੈ ਗਿਆ ਸੀ ਕਿਉਂਕਿ ਗੋਲੀ ਆਈ ਕਿਸੇ ਹੋਰ ਪਾਸਿਓਂ ਸੀ ਤੇ ਵੱਜੀ ਜਾ ਕੇ ਦੂਜੇ ਪਾਸੇ ਸੀ। ਸਾਰੇ ਹੀ ਕਹਿੰਦੇ ਸੀ ਗੋਲੀ ਕਿੱਦਾਂ ਦੀ ਹੈ ਜਿਹੜੀ ਅੱਗੋਂ ਮੋੜ ਕੱਟ ਕੇ ਫਿਰ ਪਿਛਾ ਨੂੰ ਮੁੜ ਕੇ ਆ ਕੇ ਵੱਜੀ ਹੈ। ਉਹ ਸਵਾਲ ਉਦੋਂ ਵੀ ਉੱਠਿਆ ਸੀ ਪਰ ਉਦੋਂ ਥੋੜਾ ਜਿਹਾ ਇਸ ਚੀਜ਼ ਤੇ ਪਰਦਾਪੋਸ਼ੀ ਹੋ ਗਈ, ਉਦੋਂ ਕਿਸੇ ਨੇ ਬਹੁਤਾ ਗੋਲਿਆ ਨਹੀਂ। ਪਰ ਹੁਣ ਇਹ ਚੀਜ਼ ਨਿਕਲਦੀ ਪੁਲਿਸ ਨੇ ਕੱਢ ਲਈ ਹੈ ਕਿ ਇਹ ਜਿਹੜੇ ਅਮਿਤ ਅਰੋੜਾ ਜੀ ਸਨ ਇਹਨਾਂ ਨੇ ਆਪਣੀ ਸਿਕਿਉਰਿਟੀ ਵਧਾਉਣ ਲਈ ਇਹ ਸਾਰਾ ਡਰਾਮਾ ਰਚਿਆ ਸੀ। ਜਲੰਧਰ ਦੇ ਵਿੱਚ ਵੀ ਆ ਕੁਛ ਦਿਨ ਪਹਿਲਾਂ ਇਹੋ ਜਿਹਾ ਡਰਾਮਾ ਜਿਹੜਾ ਉਹਦਾ ਪਰਦਾਫਾਸ਼ ਹੋਇਆ ਸੀ, ਉੱਥੇ ਵੀ ਇਸੇ ਤਰੀਕੇ ਨਾਲ ਇਹਨਾਂ ਦੇ ਇੱਕ ਲੀਡਰ ਨੇ ਆਪਣੇ ਦੋ ਮੁੰਡੇ ਦੋ ਸਾਥੀ ਤਿਆਰ ਕਰਕੇ ਉਹਨਾਂ ਨੂੰ ਆਪ ਹੀ ਫੋਨ ਤੇ ਸੱਦ ਕੇ ਆਪ ਹੀ ਉਹ ਜਗ੍ਹਾ ਚੁਣ ਕੇ ਗੋਲੀ ਚਲਵਾ ਲਈ ਸੀ। ਉਹ ਵੀ ਇਸੇ ਤਰ੍ਹਾਂ ਦਾ ਨਾਟਕ ਨਿਕਲਿਆ। ਹੁਣ ਇਹ ਨਾਟਕ ਨਿਕਲ ਆਇਆ ਔਰ ਹੋਰ ਇੱਕ ਸਮਾਣੇ ਲਾਗੇ ਕਤਲ ਹੋਇਆ ਸੀਗਾ ਇਹਨਾਂ ਦੇ ਆਪਣੇ ਬੰਦੇ ਦਾ, ਉਹਦੇ ਉਸੇ ਕੇਸ ਦੇ ਵਿੱਚ ਉਹਦੇ ਕੇਸ ਦੇ ਵਿੱਚ ਵੀ ਇਹ ਨਾਂ ਲੱਗਦਾ ਇਹਨਾਂ ਦੇ ਆਪਣੇ ਬੰਦਿਆਂ ਦਾ। ਸੋ ਇਹ ਜਿਹੜੇ ਹੋਈਆਂ ਨੇ ਜਿਹੜੇ ਵੱਡੇ ਘਟਨਾਕ੍ਰਮ ਵਾਪਰੇ ਨੇ ਕੁਛ ਮਹੀਨਿਆਂ ਦੇ ਅੰਦਰ, ਇਹ ਸਾਰੇ ਜਾਂਚ ਪੜਤਾਲ ਦਾ ਵਿਸ਼ਾ ਨੇ ਕਿਉਂਕਿ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਪਾਤ ਕੀਤਾ, ਬਹੁਤ ਇਹਨਾਂ ਨੇ ਆਤੰਕ ਮਚਾਇਆ, ਸੜਕਾਂ ਤੇ ਆ ਗਏ, ਇਹਨਾਂ ਨੇ ਕਿਸੇ ਦੇ ਸੰਸਕਾਰ ਤੇ ਫਾਇਰ ਕੀਤੇ, ਕਦੀ ਕੁਛ ਕੀਤਾ ਕਦੇ ਕੁਛ ਕੀਤਾ, ਪੰਜਾਬ ਦੀਆਂ ਨਾਸਾਂ ਚ ਝੁੰਡਿਆ ਹੀ ਰੱਖਿਆ। ਇਹਨਾਂ ਸਾਰੀਆਂ ਘਟਨਾਵਾਂ ਦੀ ਜਾਂਚ ਹੋਣੀ ਚਾਹੀਦੀ ਹੈ, ਪੜਤਾਲਿਆ ਜਾਣਾ ਚਾਹੀਦਾ ਹੈ ਕਿ ਇਹਨਾਂ ਘਟਨਾਵਾਂ ਦੇ ਪਿੱਛੇ ਜਿਹੜੀਆਂ ਕਿ ਇੱਕ ਫਰਜ਼ੀ ਸਾਬਤ ਹੋ ਰਹੀਆਂ, ਕਿ ਇਹਨਾਂ ਸਾਰੀਆਂ ਘਟਨਾਵਾਂ ਪਿੱਛੇ ਤੇ ਕੋਈ ਇਸ ਤਰ੍ਹਾਂ ਦੀ ਮਾਨਸਿਕਤਾ ਕੰਮ ਨਹੀਂ ਸੀ ਕਰਦੀ ਕਿ ਇਹ ਆਪ ਹੀ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨ ਲਈ ਆਪ ਹੀ ਆਪਣੇ ਮਫਾਦਾਂ ਲਈ ਹਮਲੇ ਕਰਵਾ ਰਹੇ ਸੀਗੇ। ਸੋ ਇਹ ਜਾਂਚ ਪੜਤਾਲ ਹੋਣੀ ਜ਼ਰੂਰੀ ਹੈ ਕਿ ਜੇ ਜਾਂਚ ਪੜਤਾਲ 'ਚ ਇੱਦਾਂ ਦੇ ਪਾਏ ਜਾਂਦੇ ਆ ਆ ਸੱਜਣ ਅਮਿਤ ਅਰੋੜਾ ਵਰਗੇ, ਤੇ ਫਿਰ ਇਹਨਾਂ ਦੇ ਸਿਕੰਜਾ ਕੱਸ ਦੇਣਾ ਚਾਹੀਦਾ। ਔਰ ਜਿਹੜੇ ਲੋਕ ਇਹਨਾਂ ਨੂੰ ਅੰਨੇ ਵਾਹ ਹਥਿਆਰਾਂ ਦੇ ਲਾਇਸੈਂਸ ਦੇ ਕੇ ਤੇ ਆਪਣੀਆਂ ਵੋਟਾਂ ਪੱਕੀਆਂ ਕਰਦੇ, ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਕਿਸ ਤਰ੍ਹਾਂ ਦੀ ਮਾਨਸਿਕਤਾ ਰੱਖਦੇ ਆ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਜੇ ਲੋਕਾਂ ਨੂੰ ਸੁਰਤ ਆ ਜਾਵੇ ਤਾਂ ਇਹ ਇੱਦਾਂ ਦੇ ਕੰਮ ਕਰਨ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਸ਼ੁਕਰੀਆ। ਤੇ ਸਰੋਤੇ ਸਨ ਮਿੰਟੂ ਗੁਰਸਰੀਆ ਜੋ ਸਾਡੇ ਨਾਲ ਕਰਦੇ ਨੇ ਜੀ ਖਬਰ ਤੇ ਨਜ਼ਰ ਪ੍ਰੋਗਰਾਮ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।